ਤੇ ਬੱਚਿਆਂ ਦੇ ਮਨਾਂ ਵਿੱਚੋਂ ਡਰ ਕੱਢਣ ਅਤੇ ਆਤਮ ਸੁਰੱਖਿਆ ਪੈਦਾ ਕਰਨ ਸੰਬੰਧੀ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੁਰਾਹਾ ਵਿਖੇ ਇੱਕ ਕੈਂਪ ਲਗਾਇਆ ਗਿਆ, ਜਿਸ ਦਾ ਨਾਂ ਡਿਜ਼ਾਸਟਰ ਮੈਨੇਜਮੈਂਟ ਐਂਡ ਐਡਵੈਂਚਰ ਕੈਂਪ ਸੀ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਸਕੂਲਾਂ ਦੇ ਵਿਦਿਆਰਥੀ ਅਤੇ ਮਾਤਾ ਪਿਤਾ ਨੇ ਵੀ ਭਾਗ ਲਿਆ। ਸਮਾਜਿਕ ਵਿੱਚ ਵੱਧ ਰਹੇ ਅਪਰਾਧਿਕ ਮਾਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ। ਇਸ ਸੰਬੰਧੀ ਜਿੱਥੇ ਇੱਕ ਪਾਸੇ ਮਾਤਾ ਪਿਤਾ ਚਿੰਤਤ ਨੇ, ਉੱਧਰ ਦੂਜੇ ਪਾਸੇ ਸਕੂਲ ਵੀ ਇਸ ਪ੍ਰਤੀ ਬਹੁਤ ਚਿੰਤਤ ਹਨ। ਇਸੇ ਤਹਿਤ ਦੁਰਾਹਾ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਿਜ਼ਾਸਟਰ ਮੈਨੇਜਮੈਂਟ ਐਂਡ ਐਡਵੈਂਚਰ ਕੈਂਪ ਲਗਾਇਆ ਗਿਆ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਕੈਂਪ ਵਿੱਚ ਬੱਚਿਆਂ ਨੂੰ ਆਤਮ ਸੁਰੱਖਿਆ ਦੇ ਨਾਲ ਨਾਲ ਉਹਨਾਂ ਦੇ ਮਨ ਵਿੱਚੋਂ ਡਰ ਕੱਢਣ ਵਾਸਤੇ ਕਈ ਅਜਿਹੀਆਂ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਦੁਆਰਾ ਬੱਚਿਆਂ ਨੇ ਜਿੱਥੇ ਇੱਕ ਪਾਸੇ ਛੁੱਟੀਆਂ ਦਾ ਆਨੰਦ ਮਾਣਿਆ, ਉੱਧਰ ਦੂਜੇ ਪਾਸੇ ਆਤਮ ਸੁਰੱਖਿਆ ਦੇ ਤਰੀਕੇ ਵੀ ਸਿੱਖੇ ਅਤੇ ਆਪਣੇ ਮਨ ਵਿੱਚ ਪੈਦਾ ਹੋਏ ਡਰ ਨੂੰ ਵੀ ਕੱਢਿਆ। ਹੋਈਆਂ ਹਨ ਤਾਂ ਸਰਕਾਰੀ ਸਕੂਲਾਂ ਨੇ ਜਾਂ ਪ੍ਰਾਈਵੇਟ ਸਕੂਲਾਂ ਨੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਅੱਜ ਦੁਰਾਹਾ ਦੇ ਵਿੱਚ ਵੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਿਹੜਾ ਕਿ CBSE ਅਧੀਨ ਚੱਲ ਰਿਹਾ ਦੁਰਾਹੇ ਦੀ ਇੱਕ ਬਹੁਤ ਵਧੀਆ ਸੰਸਥਾ ਹੈ, ਇਸ ਸੰਸਥਾ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਬੱਚਿਆਂ ਵਿੱਚੋਂ ਡਰ ਨੂੰ ਆਪਣੇ ਮਨ 'ਚੋਂ ਕੱਢਣ ਵਾਸਤੇ ਕਈ ਇਹੋ ਜਿਹੀਆਂ ਖੇਡਾਂ ਦਾ ਪ੍ਰਬੰਧ ਕੀਤਾ ਗਿਆ। ਸਾਡੇ ਵਿੱਚ ਨਿੰਨੇ ਮੁੰਨੇ ਬੱਚੇ ਜੁੜੇ ਹੋਏ ਨੇ, ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ, ਨਾਲੇ ਇਹਨਾਂ ਨਾਲ ਗੱਲ ਕਰਾਂਗੇ ਵੀ ਇਹਦਾ ਗੇਮਾਂ ਦਾ ਪ੍ਰਬੰਧ ਕਿਸ ਮੋਟਿਵ ਵਾਸਤੇ ਕੀਤਾ ਗਿਆ, ਤਾਂ ਮੇਨ ਮੋਟਿਵ ਕੀ ਆ। ਹਾਂਜੀ ਸਰ, ਜੋ ਗੇਮਾਂ ਦਾ ਪ੍ਰਬੰਧ ਕੀਤਾ ਗਿਆ ਕੀ ਹੈ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਇਹ ਬਹੁਤ ਵਧੀਆ ਜੀ, ਅਸੀਂ ਆਪਣੇ ਬੱਚਿਆਂ ਵਾਸਤੇ ਅਰੇਂਜ ਕੀਤਾ ਇਸ ਵਾਰ ਐਡਵੈਂਚਰਸ ਕੈਂਪ ਹੈਗਾ, ਅਤੇ ਦੂਜਾ ਆਪਣਾ ਡਿਜ਼ਾਸਟਰ ਮੈਨੇਜਮੈਂਟ 'ਤੇ ਇਹ ਪ੍ਰੋਗਰਾਮ ਬੱਚਿਆਂ ਵਾਸਤੇ ਰੱਖਿਆ ਆ, ਅਤੇ ਬੱਚੇ ਕਾਫੀ ਇਹਨੂੰ ਇੰਜੋਏ ਕਰ ਰਹੇ ਆ। 1 ਜੂਨ ਤੋਂ ਲੈ ਕੇ 10 ਜੂਨ ਤੱਕ, 10 ਜੂਨ ਨੂੰ ਇਹਦੀ ਸਮਾਪਤੀ ਹੋਏਗੀ, ਅਤੇ ਬੱਚੇ ਇਹਦੇ 'ਚ ਬੜ ਚੜ੍ਹ ਕੇ ਹਿੱਸਾ ਲੈ ਰਹੇ ਨੇ ਅਤੇ ਕਾਫੀ ਇੰਜੋਏ ਕਰ ਰਹੇ ਨੇ। ਅੱਛਾ ਮੈਡਮ, ਪੇ ਜਿਹੜੇ ਹੈਗੇ ਨੇ ਮੋਟਿਵ, ਜਿਹੜਾ ਪ੍ਰੋਗਰਾਮ ਆ ਤੁਸੀਂ ਡੇ ਟੂ ਡੇ ਜਾਂ ਪ੍ਰੋਗਰਾਮ ਛੁੱਟੀਆਂ ਦੇ ਵਿੱਚ ਪਹਿਲਾਂ ਵੀ ਅੱਗੇ ਵੀ ਕਰਵਾਉਂਦੇ ਰਹੇ ਹੋ? ਨਹੀਂ ਜੀ, ਪਹਿਲੀ ਵਾਰ ਟਰਾਈ ਕੀਤਾ ਅਤੇ ਸਾਨੂੰ ਅੱਛਾ ਲੱਗ ਰਿਹਾ ਕਿ ਬੱਚਿਆਂ ਨੂੰ ਆਹ ਜਿਹੜੀ ਸਪੈਸ਼ਲੀ ਜਦੋਂ ਆਹ ਗੁਜਰਾਤ 'ਚ ਜਿਹੜੀ ਟ੍ਰੈਜਡੀ ਹੋਈ ਹੈ, ਅਤੇ ਉਦੋਂ ਬਾਅਦ ਥੋੜ੍ਹਾ ਜਿਹਾ ਬੱਚਿਆਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਆਪਣੇ ਆਪ ਨੂੰ ਕਿਵੇਂ ਸੇਵ ਕਰ ਸਕਣ। ਇਸ ਤਰ੍ਹਾਂ ਨਹੀਂ ਲੱਗ ਰਿਹਾ ਵੀ ਸਾਰੇ ਸਕੂਲ ਨੇ ਜਾਂ ਹੈਗੇ ਸਰਕਾਰ ਵੱਲੋਂ ਇੱਕ ਫਰਮਾਨ ਸੁਣਾਇਆ ਜਿਹੜਾ ਹੈਗਾ ਵੀ ਸਮਰ ਕੈਂਪ ਦਾ ਆਯੋਜਨ ਕਰਨਾ ਚਾਹੀਦਾ ਹੈ, ਇਹ ਪਹਿਲੀ ਵਾਰ ਹੋਇਆ, ਕਿਸ ਤਰ੍ਹਾਂ ਲੱਗ ਰਿਹਾ ਵੀ ਬੱਚੇ ਜਿਹੜੇ ਹੈਗੇ ਨੇ ਵੀ ਆਪ ਇਸ ਛੁੱਟੀਆਂ ਦੇ ਸਮੇਂ ਨੂੰ ਇੰਜੋਏ ਕਰ ਰਹੇ ਨੇ, ਜਾਂ ਉਹਨਾਂ ਨੂੰ ਲੱਗਦਾ ਨਹੀਂ ਹੈਗਾ ਵੀ ਛੁੱਟੀਆਂ ਨੇ ਸਾਡੀਆਂ, ਛੁੱਟੀਆਂ ਨੂੰ ਇੰਜੋਏ ਕਰਨਾ ਚਾਹੁੰਦੀ ਸੀ ਕੈਂਪ ਦੇ ਵਿੱਚ ਆਯੋਜਨ ਕਰਕੇ ਸਾਨੂੰ ਉਹ ਕੀਤਾ ਗਿਆ? ਸਮਰ ਕੈਂਪ ਅਸੀਂ ਹਰ ਸਾਲ ਹੋਸਟ ਕਰਦੇ ਹਾਂ ਔਰ ਬੱਚੇ ਬਹੁਤ ਇੰਜੋਏ ਕਰਦੇ ਆ, ਇਸ ਕਰਕੇ ਸਾਡਾ ਐਤਕੀ ਥੋੜ੍ਹਾ ਜਿਹਾ ਇੱਕ ਸਟੈਪ ਉਹਨੂੰ ਫਰਦਰ ਲੈ ਗਏ ਕਿ ਆਪਾਂ ਇਹਦੇ ਨਾਲ ਥੋੜ੍ਹੇ ਜਿਹਾ ਇਹਨਾਂ ਨੂੰ ਉਹਦੀ ਨੌਲੇਜ ਵੀ ਦਈਏ ਕਿ ਆਪਣੇ ਆਪ ਨੂੰ ਐਮਰਜੈਂਸੀ ਟਾਈਮ ਸੇਵ ਕਿਵੇਂ ਕਰਨਾ। ਸਾਡੇ ਵਿੱਚ ਨੇ ਨੰਨੇ ਮੁੰਨੇ ਬੱਚੇ ਵੀ ਜੁੜੇ ਹੋਏ ਨੇ, ਉਹਨਾਂ ਨੂੰ ਪੁੱਛਾਂਗੇ ਆ ਬੇਟਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜੀ? ਸਰ ਬਹੁਤ ਵਧੀਆ। ਹਾਂਜੀ ਬੇਟਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਬਹੁਤ ਅੱਛਾ ਲੱਗ ਰਿਹਾ। ਕਿਹੜੀ ਗੇਮ 'ਚ ਪਾਰਟੀਸਪੇਟ ਕੀਤਾ ਤੁਸੀਂ? ਸਾਰੀ ਚਾਰੋਂ ਲਈਆਂ ਸੀ, ਜ਼ਿਪ ਲਾਈਨ, ਬਰਮਾ ਬ੍ਰਿਜ ਔਰ ਰੋਲਰ ਬਾਲ ਸਭ ਲਈਆਂ ਸੀ, ਬਹੁਤ ਅੱਛੀਆਂ ਲੱਗੀਆਂ। ਆਪਣੇ ਵਰਗੀਆਂ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕਿ ਡਰੋ ਨਾ, ਹਾਈਟ ਤੋਂ ਡਰਨਾ ਨਹੀਂ ਚਾਹੀਦਾ, ਕੁਛ ਨਹੀਂ ਹੁੰਦਾ, ਥੋੜ੍ਹਾ ਪਹਿਲਾਂ ਡਰ ਲੱਗਦਾ, ਬਾਅਦ ਵਿੱਚ ਕੁਛ ਨਹੀਂ ਹੁੰਦਾ, ਬੀ ਸੇਫ। ਇਹਦੇ ਵਿੱਚ ਸਾਡੇ ਨਾਲ ਸਹਾਇਕ ਸਰ ਵੀ ਜੁੜੇ ਨੇ ਜਿਨ੍ਹਾਂ ਨੇ ਇਹ ਗੇਮ ਦਾ ਪ੍ਰਬੰਧ ਕੀਤਾ, ਉਹ ਬਾਹਰੋਂ ਆਏ ਨੇ, ਬਾਹਰੋਂ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਮਤਲਬ ਆਊਟ ਆਫ ਸਟੇਟ ਨੇ, ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਗੁਰੂ ਨਾਨਕ ਸਕੂਲ ਦੇ ਵਿੱਚ ਜੋ ਇਹ ਗੇਮ ਦਾ ਪ੍ਰਬੰਧ ਕੀਤਾ ਗਾ, ਉਹਨਾਂ ਨੂੰ ਪੁੱਛਾਂਗੇ ਤੁਸੀਂ ਇਹ ਸਰ ਗੇਮ ਤੋਂ ਜਿਹੜੇ ਪ੍ਰਬੰਧ ਕੀਤਾ ਗਿਆ ਕਿਹੜੀ ਕਿਹੜੀ ਗੇਮਸ ਨੇ, ਉਹਨਾਂ ਦਾ ਮੇਨ ਮੋਟਿਵ ਕੀ ਆ? ਬੇਸਿਕ ਏਮ ਜੋ ਹੈ ਹਮ ਲੋਗੋਂ ਕਾ ਬੱਚੋਂ ਕੇ ਅੰਦਰ ਜੋ ਆਜ ਇੰਟਰਨੈਟ ਔਰ ਵੀਡੀਓ ਗੇਮ ਕੇ ਦੌਰ ਮੇਂ ਫਸੇ ਹੋਏ ਹੈ, ਉਨਕੋ ਇਨ ਚੀਜ਼ੋਂ ਸੇ ਬਾਹਰ ਨਿਕਾਲ ਕੇ ਔਰ ਸਾਹਸਿਕ ਖੇਲੋਂ ਕੀ ਓਰ ਰੁਝਾਨ ਕਰਨਾ। ਇਹ ਐਕਟੀਵਿਟੀਜ਼ ਜੋ ਹਮ ਲੋਗ ਕਰਾ ਰਹੇ ਹੈ, ਇਸਮੇਂ ਜ਼ਿਪ ਲਾਈਨ ਹੈ, ਰੋਲਰ ਬਾਲ ਹੈ, ਬਰਮਾ ਬ੍ਰਿਜ ਹੈ ਔਰ ਸਲੀਦਰਿੰਗ ਹੈ। ਇਹ ਗਤੀਵਿਧੀਆਂ ਬੱਚੋਂ ਕੇ ਲੀ ਇੱਕ ਟੀਮ ਲੀਡਰਸ਼ਿਪ ਕੇ ਲੀ ਵੀ ਤਿਆਰ ਕਰਤੀ ਹੈ ਔਰ ਇਨਕੇ ਅੰਦਰ ਕਾ ਡਰ ਨਿਕਾਲਤੀ ਹੈ। ਬੱਚਾ ਦੂਸਰੋਂ ਕੀ ਮਦਦ ਤਭੀ ਕਰ ਪਾਏਗਾ ਜਬ ਖੁਦ ਨਿਡਰ ਹੋਗਾ। ਔਰ ਗੁਰੂ ਨਾਨਕ ਪਬਲਿਕ ਸਕੂਲ ਕੀ ਤਰਫ ਸੇ ਮੈਂ ਉਨਕੋ ਧੰਨਵਾਦ ਦੇਣਾ ਚਾਹਤਾ ਹੂੰ ਕਿ ਉਨ੍ਹੋਂਨੇ ਦੋਰਾਹਾ ਕੇ ਲੋਗੋਂ ਕੇ ਲੀ ਇਸ ਤਰੀਕੇ ਕੀ ਗਤੀਵਿਧੀ ਔਰਗਨਾਈਜ਼ ਕੀ ਜੋ ਇਨ ਚੀਜ਼ੋਂ ਕੋ ਆਕਰ ਯਹਾਂ ਪਰ ਪਾਰਟੀਸਿਪੇਟ ਕਰ ਸਕੇਂ। ਅੱਛਾ ਸਰ, ਇਹ ਲੱਗਦਾ ਵੀ ਸਿਰਫ ਸਕੂਲ ਦੇ ਬੱਚਿਆਂ ਨੇ ਹੀ ਪਾਰਟੀਸਿਪੇਟ ਕੀਤਾ ਜਾਂ ਮਤਲਬ ਦੁਰਾਹਾ ਸ਼ਹਿਰ ਦੇ ਹੋਰ ਵੀ ਬੱਚੇ ਇੱਥੇ ਪਾਰਟੀਸਿਪੇਟ ਕਰ ਰਹੇ ਹਨ?
ਨਹੀਂ 12 ਵੀ ਬੱਚੇ ਆ ਰਹੇ ਨੇ ਕਿਉਂਕਿ ਇੱਕ ਸਮਰ ਕੈਂਪ ਜਿਹੜਾ ਹੈ ਬਾਕੀ ਬਾਹਰ ਦੇ ਬੱਚਿਆਂ ਵਾਸਤੇ ਵੀ ਓਪਨ ਹੈਗਾ, ਈਵਨ ਪੇਰੈਂਟਸ ਲਈ ਵੀ ਓਪਨ ਹੈ, ਜੇ ਪੇਰੈਂਟਸ ਵੀ ਇੱਛੁਕ ਹੋਣ ਉਹ ਵੀ ਇਸ ਸਮਰ ਕੈਂਪ ਦੇ ਵਿੱਚ ਭਾਗ ਲੈ ਸਕਦੇ ਨੇ। ਅੱਛਾ, ਇਹ ਕਦੋਂ ਤੱਕ ਚੱਲੂਗਾ ਜੀ? ਇਹ 10 ਜੂਨ ਤੱਕ ਹੈ ਜੀ, 10 ਜੂਨ ਨੂੰ ਇਹਦੀ ਸਮਾਪਤੀ ਹੈ ਜੀ। ਇਹ ਸਨ ਸਕੂਲ ਦੇ ਪ੍ਰਿੰਸੀਪਲ ਡੀ ਪੀ ਠਾਕੁਰ ਜੀ, ਅਤੇ ਨਾਲ ਉਹਨਾਂ ਨੇ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਨੇ ਛੁੱਟੀਆਂ ਨੂੰ ਇੰਜੋਏ ਕਰ ਰਹੇ ਨੇ, ਅਤੇ ਇਹ ਕੈਂਪ ਜਿਹੜਾ ਹੈਗਾ 1 ਤੋਂ 10 ਤਰੀਕ ਤੱਕ ਚੱਲੂਗਾ। ਸਾਂਝਾ ਟੀ ਵੀ ਲਈ ਪ੍ਰੋਫੈਸਰ ਅਵਤਾਰ ਸਿੰਘ ਖੰਨਾ।